ਸ੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹਿੱਲ ਗਿਆ ਪੂਰਾ ਪੰਜਾਬ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਇੱਕ ਹੋਰ ਵੱਡਾ ਖਲਾਸਾ ਹੋਇਆ ਹੈ ਜੀ ਮੁਲਜ਼ਮਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਹੀ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ ਉਦੋਂ ਚਾਰ ਲੋਕ ਮਾਨਸਾ ਦੇ ਪਿੰਡ ਰੱਲਾ ਦੇ ਵਿੱਚ ਆ ਕੇ ਠਹਿਰੇ ਸਨ ਜਿੱਥੇ ਇਹ ਚਾਰੇ ਸ਼ਾਰਪ ਸ਼ੂਟਰ ਹੋ ਸਕਦੇ ਨੇ ਪੁਲਿਸ ਨੇ ਇਹਨਾਂ ਨੂੰ ਠਹਿਰਨ ਦੇ ਲਈ ਜਗ੍ਹਾ ਦੇਣ ਵਾਲੇ ਗੈਂਗਸਟਰ ਮਨਮੋਹਨ ਮੂਣਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਹੈ ਪੁਲਿਸ ਨੇ ਮੂਣਾ ਨੂੰ ਮਾਨਸਾ ਦੇ ਜ਼ਿਲ੍ਹਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਤੇ ਇਸ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੂਤਰਾਂ ਦੇ ਮੁਤਾਬਕ ਮੂਨਾ ਨੇ ਜਨਵਰੀ ਫਰਵਰੀ ਮਹੀਨਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਸੱਧੂ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਸੀ ਮਾਨਸਾ ਦਾ ਹੁਣ ਕਰਕੇ ਉਸ ਨੂੰ ਰੇਕੀ ਦਾ ਕੰਮ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਕਿ ਉਸ ਨੇ ਹਮਲਾਵਾਰਾਂ ਨੂੰ ਸਾਰੀ ਜਾਣਕਾਰੀ ਦਿੱਤੀ ਸੀ ਜਨਵਰੀ ਵਿੱਚ ਵੀ ਇਸ ਨੇ ਰੇਕੀ ਕਰਵਾਈ ਸੀ ਚੋਣਾਂ ਸਮੇਂ ਮੂਸੇਵਾਲ ਦੀਆਂ ਰੈਲੀਆਂ ਤੇ ਲੋਕਾਂ ਨੂੰ ਮਿਲਣ ਦੀ ਸਾਰੀ ਜਾਣਕਾਰੀ ਇਸ ਨੇ ਅੱਗੇ ਦੇ ਦਿੱਤੀ ਸੀ ਤਹਾ ਨੂੰ ਦੱਸਦੀ ਹੈ ਕਿ ਜਨਵਰੀ ਦੇ ਵਿੱਚ ਚਾਰ ਬਦਮਾਸ਼ ਆਏ ਸਨ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਚਾਰ ਬਦਮਾਸ਼ ਜਨਵਰੀ ਦੇ ਵਿੱਚ ਮਾਨਸਾ ਪਹੁੰਚੇ ਸਨ ਇਹ ਚਾਰੇ ਮੂਨਾ ਦੇ ਘਰ ਠਹਿਰੇ ਸਨ ਉਸ ਸਮੇਂ ਮੂਨਾ ਵੀ ਚੂਨਾ ਸਮੇਂ ਮੂਸੇਵਾਲ ਦੀ ਰੇਕੀ ਸੀ ਤੇ ਚਾਰੇ ਬਦਮਾਸ਼ ਵੱਖ-ਵੱਖ ਸਮੇਂ ਤੇ ਮੂਸੇਵਾਲ ਨੂੰ ਦੇਖਣ ਗਏ ਸਨ ਹਾਲਾਂਕਿ ਚੂਨਾ ਦੇ ਸਮੇਂ ਉਸ ਸਮੇਂ ਉਸ ਦੀ ਸੁਰੱਖਿਆ ਸਖਤ ਸੀ ਇੱਕ ਪਾਇਲਟ ਅਤੇ 10 ਕਮਾਂਡੋ ਉਸ ਨੂੰ ਮਿਲੇ ਸੀ ਜਿਸ ਕਾਰਨ ਗੈਂਗਸਟਰਾਂ ਨੇ ਹਮਲਾ ਕਰਨ ਦਾ ਮੌਕਾ ਨਹੀਂ ਮਿਲਿਆ ਚੂਣਾ ਵਿੱਚ ਮੂਸੇਵਾਲਾ ਦੀ ਹਾਰ ਹੋਈ ਤੇ ਸਰਕਾਰ ਨੇ ਸੁਰੱਖਿਆ ਘਟਾਉਣ ਤੋਂ ਬਾਅਦ ਹਮਲਾਵਰ ਫਿਰ ਸਰਗਰਮ ਹੋ ਕੇ ਤੇ ਮੌਕਾ ਮਿਲਦੇ ਹੀ 29 ਮਈ ਨੂੰ ਮੂਸੇਵਾਲੇ ਦਾ ਕਤਲ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਮੋਨਾ ਗੈਂਗਸਟਰ ਟਰੱਕ ਯੂਨੀਅਨ ਦਾ ਪ੍ਰਧਾਨ ਰਹਿ ਚੁੱਕਾ ਤੇ ਇਸ ਵਕਤ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਦਾ ਜਿੱਥੋਂ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਤੇ ਉਸ ਤੇ ਕਤਲ ਇਰਾਦਾ ਕਤਲ ਤੋਂ ਇਲਾਵਾ ਕਈ ਅਪਰਾਧਿਕ ਮਾਮਲੇ ਦਰਜ ਹਨ ਪਹਿਲਾਂ ਉਹ ਕਬੱਡੀ ਖਿਡਾਰੀ ਹੁੰਦਾ ਸੀ ਪਰ ਹੌਲੀ-ਹੌਲੀ ਉਹ ਗੈਂਗਸਟਰ ਬਣ ਗਿਆ ਧੰਨਵਾਦ